ਕਾਟਿਆ ਲੱਗਿਆ ਹੋਇਆ ਹੂੰ ਤੇ ਇਹਦੇ ਲੱਗੇ ਨਹੀਂ ਗਏ ਅੱਜ ਪੂਰਾ ਘਰ ਉਥਲ ਪੁਥਲ ਹੋ ਗਿਆ ਹੈ ਉੱਥੇ ਹੋਣੇ ਸੀ ਤਾਂ ਪਾਣੀ ਪਾਣੀ ਦਾ ਪੰਦਰ ਪੈਦਾ ਹੀ ਸਾਰੇ ਪਾਣੀ ਸੀਗਾ ਹੂੰ ਫਿਰ ਤਾਂ ਕੋ ਸਮਾਨ ਸਾਰਾ ਸੂਬਾ ਸਭਾ ਪਾਣੀ ਪਾਣੀ ਸੂਬੇ ਦੇ ਵਿੱਚ ਦਾ ਸੂਬਾ ਵੀ ਭੇਜਿਆ ਸੂਬੇ 'ਚ ਵੀ ਕੱਚ ਮਰ ਗਏ ਉਹ ਵੀ ਸਾਰਾ ਕਰ ਲਓ ਕੀ ਕੀਤਾ ਪੱਖੇ ਪੁੱਖੇ ਲਾ ਲਓ ਅਤੇ ਫਸਲਾਂ ਖਰਾਬ ਹੋਈ ਮੌਸਮ ਹੈ ਕਹਿੰਦੇ ਕਿ ਕੁਦਰਤੀ ਆਪਦਾ ਕਿਤੇ ਫਸਲਾਂ 'ਤੇ ਵੱਧਦੀ ਹੈ ਅਤੇ ਕਿਤੇ ਇਨਸਾਨਾਂ 'ਤੇ ਵੱਧਦੀ ਹੈ ਕਿਤੇ ਘਰਾਂ 'ਤੇ ਵੱਧ ਵੱਧਦੀ ਹੈ ਅਤੇ ਕਿਤੇ ਜਿਹੜੇ ਹੈ ਉਹ ਕਾਰੋਬਾਰ ਪ੍ਰਭਾਵਿਤ ਹੋ ਜਾਂਦੇ ਨੇ ਸਾਡੇ ਨਾਲ ਭਾਜੀ ਨੇ ਜਿਹਨਾਂ ਦਾ ਘਰ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਪੋਸਟ ਟੀਵੀ ਹਾਂਜੀ ਅਤੇ ਵੈਲਕਮ ਕਰਦੇ ਤੁਸੀਂ ਆਏ ਸਾਡੀ ਖਬਰ ਲੈਣ ਵਾਸਤੇ ਥੈਂਕ ਯੂ ਬਹੁਤ ਬਹੁਤ ਅਤੇ ਲਾਸਟ ਨਾਈਟ ਕਾਫੀ ਜਾਣੀ ਕਿ ਪਾਣੀ ਤਾਂ ਇੱਥੇ ਤੱਕ ਆ ਗਿਆ ਸੀ ਪਰ ਫਿਰ ਕਲੀਨ ਅਪ ਕੀਤਾ ਕਿ ਨਾ ਕਲੀਨ ਅਪ ਕਰਦੇ ਥੱਲੇ ਚੱਲ ਜਾਣਾ ਸੀ ਕਿਉਂਕਿ ਸਭ ਤੋਂ ਰਿਕੁਆਇਰਮੈਂਟ ਸਾਰੀ ਹੈਗੀ ਆ ਫੈਨ ਲਾਤੇ ਸੀ ਅਤੇ ਬਾਕੀ ਕੱਦ ਚੁੱਕਿਆ ਗਿਆ ਸਾਰਾ ਕੁਛ ਕਲੀਨ ਅਪ ਕੀਤਾ ਗਿਆ ਕਿਉਂਕਿ ਜ਼ਿਆਦਾ ਸੀ ਥੋੜ੍ਹਾ ਬਹੁਤਾ ਜਿਹੜਾ ਹੱਥੇ ਵੀ ਲੱਗ ਗਿਆ ਅਤੇ ਉਹਦਾ ਕਰਕੇ ਚਲੋ ਬਚਾ ਰਹਿ ਗਿਆ ਫਿਰ ਵੀ ਲਾਸਟ ਈਅਰ ਵੀ ਇੱਦਾਂ ਹੀ ਹੋਇਆ ਸੀ ਅਤੇ ਉਦੋਂ ਵੀ ਕਾਫੀ ਡੈਮੇਜ ਹੋਇਆ ਸੀ ਅੰਦਰ ਆਏ ਹਿੰਮਤ ਨਾਲ ਗੱਲ ਕਰ ਰਹੇ ਹੋ ਪਰ ਇਹ ਦੇਖ ਕੇ ਬੰਦੇ ਦਾ ਦਿਲ ਦੁਖਦਾ ਹੈ ਘਰ ਬੜੇ ਚਾਵਾਂ ਨਾਲ ਲਿਆ ਹੁੰਦਾ ਹੈ ਇਹ ਤਾਂ ਹੁਣ 2 ਸਾਲ ਲਈ ਇਹ ਕੰਮ ਹੋ ਗਿਆ ਵਾ ਹੁਣ ਉਸ ਹਿਸਾਬ ਨਾਲ ਗਿੱਜ ਗਏ 2 ਸਾਲ ਦਾ ਹਰ 2 ਸਾਲ ਹੀ ਪੈਂਦੀ ਹੈ ਪਿਛਲੇ ਸਾਲ ਵੀ ਪਈ ਸੀ ਉਹ ਹਾਲੇ ਘਰ ਕਈਆਂ ਨੇ ਠੀਕ ਨਹੀਂ ਹੋਏ ਕਈਆਂ ਨੇ ਕਰਾਏ ਆ ਉਹ ਤੋਂ ਬਾਅਦ ਫਿਰ ਸਟਾਰਟ ਹੋ ਗਈ ਆ ਅਤੇ ਪਰ ਜਿਹੜਾ ਇਨਸ਼ੋਰੈਂਸ ਨੇ ਚਲੋ ਪੇ ਕਰ ਹੀ ਦੇਣੇ ਆ ਪਰ ਫਿਰ ਲਾਸਟ ਨਾਈਟ ਬਹੁਤ ਹਾਰਡ ਸੀ ਇਹਨੂੰ ਕਲੀਨ ਅਪ ਕਰਨਾ ਸਾਰਾ ਕੁਛ ਕਰਨਾ ਥੋੜ੍ਹਾ ਜਿਹਾ ਫੈਮਿਲੀ ਨੇ ਸਬਰ ਕੀਤਾ ਇਹਨੂੰ ਡਨ ਕੀਤਾ ਸੋਸ਼ਲ ਮੀਡੀਆ 'ਤੇ ਅਸੀਂ ਵੀਡੀਓਜ਼ ਦੇਖੀਆਂ ਬਹੁਤ ਵਾਇਰਲ ਹੋ ਗਈਆਂ ਤੁਹਾਡੀ ਵੀਡੀਓ ਵੀ ਸੀ ਤੁਸੀਂ ਜਿਹੜੀ ਪੋਸਟ ਕੀਤੀ ਅਤੇ ਉਸ ਵੇਲੇ ਪਹਿਲਾਂ ਬੜਾ ਘਬਰਾਹਟ ਵਾਲਾ ਮਾਹੌਲ ਸੀ ਪਰਿਵਾਰ ਦੇ ਅੰਦਰੋਂ ਆਵਾਜ਼ਾਂ ਆ ਰਹੀਆਂ ਸੀ ਕਿ ਚੱਪਲਾਂ ਪਾ ਲਓ ਪੈਰਾਂ 'ਚ ਨਾ ਲੱਗ ਜਾਵੇ ਕਿਸੇ ਦੇ ਕਿਉਂਕਿ ਕੱਚ ਸਾਰਾ ਇੱਧਰ ਆ ਗਿਆ ਸੀ ਨਾ ਪਹਿਲੀ ਲੇਅਰ ਟੁੱਟ ਗਈ ਵਿੰਡੋ ਉਹ ਤੋਂ ਬਾਅਦ ਜਦੋਂ ਦੂਜੀ ਟੁੱਟੀ ਉਹ ਸਾਰਾ ਕੱਚ ਇੱਧਰ ਆ ਗਿਆ ਹੁਣ ਉਹ ਕੱਚ ਆਉਣ ਦੇ ਨਾਲ ਜਵਾਕ ਸੀ ਕਾਫੀ ਨੇਬਰ ਦੇ ਜਵਾਕ ਸੀ ਸਾਰੇ ਸੀ ਇੱਥੇ ਉਦਾਂ ਹੀ ਭੱਜੇ ਫਿਰਦੇ ਇੱਕ ਤਾਂ ਸਕੇਡ ਹੋ ਗਏ ਅਤੇ ਇੱਕ ਉਦਾਂ ਹੀ ਭੱਜੇ ਫਿਰਦੇ ਰੋਣ ਲੱਗ ਪਿਆ ਕਿਸੇ ਨੂੰ ਚੁੱਪ ਕਰਾਓ ਕਿਸੇ ਨੂੰ ਇੱਧਰ ਕੋਈ ਉੱਧਰ ਭੱਜ ਰਿਹਾ ਕੋਈ ਉੱਧਰ ਭੱਜ ਰਿਹਾ ਫਿਰ ਪਾਣੀ ਸੀ ਉਹਦਾ ਕਰਕੇ ਪਾਣੀ ਨੂੰ ਮੂਵ ਕਰਨ ਲੱਗੇ ਸੀ ਪਰ ਚਲੋ ਵਧੀਆ ਰਾਤ ਨਿਕਲ ਗਈ ਅਤੇ
ਬਾਕੀ ਇਹਨੂੰ ਕਲੀਨ ਅਪ ਹੋ ਗਿਆ ਸਾਡਾ ਇੰਸ਼ੋਰੈਂਸ ਕੰਪਨੀ ਨਾਲ ਫੋਨ ਤੇ ਗੱਲ ਹੋ ਗਈ ਰਾਤੀ ਅਸੀਂ ਲੱਗੇ ਰਹੇ 3 ਘੰਟੇ ਉਹਨਾਂ ਟੀਡੀ ਵਾਲਿਆਂ ਨੂੰ ਚੁੱਕਿਆ ਨੂੰ ਤੇ ਸਵੇਰੇ ਕਾਲ ਕੀਤੀ ਸੀ ਤੇ ਉਹ ਕਹਿੰਦੇ ਸੀ ਅਸੀਂ ਕਰਦੇ ਪਏ ਹਾਂ ਤੁਸੀਂ ਐਮਰਜੈਂਸੀ ਨਾਲ ਇਹਨੂੰ ਕਰਨਾ ਵਾ ਤੇ ਇਹਨੂੰ ਕਲੀਨ ਕਰ ਲਓ ਤੇ ਅਸੀਂ ਕਹਿੰਦੇ ਆਲਰੇਡੀ ਕੀਤਾ ਵਾ ਤੇ ਅਸੀਂ ਉਹਨੂੰ ਐਮਰਜੈਂਸੀ ਵਾਸਤੇ ਆਪਣੇ ਬੋਰਡ ਲਾਤਾ ਵਾ ਕਹਿੰਦੇ ਠੀਕ ਆ ਤੇ ਬਾਕੀ ਕਹਿੰਦੇ ਸੀ 2-3 ਦਿਨਾਂ ਵਿੱਚ ਰਜਿਸਟਰ ਕਾਲ ਕਰੂਗਾ ਤੇ ਫਿਰ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਆਪਣੀ ਪੂਰੀ ਗਲੀ ਭਾਜੀ ਦੇਖ ਰਹੇ ਸੀ ਇੱਧਰ ਜ਼ਿਆਦਾ ਪੰਜਾਬੀ ਭਾਈਚਾਰਾ ਆਪਣਾ ਕਾਫੀ ਰਹਿੰਦਾ ਤੇ ਸਾਰੀ ਗਲੀ ਮੈਨੂੰ ਲੱਗਦਾ ਕੋਈ ਅੱਗਿਓਂ ਤੇ ਕੋਈ ਪਿੱਛੋਂ ਪ੍ਰਭਾਵਿਤ ਹੋਈ ਹੈ ਹਾਂਜੀ ਕਿਉਂਕਿ ਜਿਹੜੀ ਹੇਲ ਸੀ ਇੱਧਰਲੀ ਸਾਈਡ ਤੇ ਸੀ ਇੱਧਰੋਂ ਮਾਰ ਕਰ ਗਿਆ ਤੇ ਉੱਧਰੋਂ ਕਰ ਗਿਆ ਮੋਰ ਫਰੰਟ ਠੀਕ ਰਿਹਾ ਜਿਹਨਾਂ ਦਾ ਫਰੰਟ ਈਸਟ ਸਾਈਡ ਸੀ ਉਹ ਠੀਕ ਰਹਿ ਗਏ ਤੇ ਬਾਕੀ ਬੈਸਟ ਵੱਲੋਂ ਵੈਨਕੂਵਰ ਵਾਲੀ ਸਾਈਡ ਤੋਂ ਆਏ ਸਾਰੇ ਜਿਹੜੀ ਘਟਨਾ ਰਾਤ ਵਾਪਰੀ ਹੈ ਉਸਨੇ ਪਰਿਵਾਰ ਨੂੰ ਜ਼ਹਿਰ ਜੀ ਗੱਲ ਕਿ ਡਰਾ ਕੇ ਵੀ ਰੱਖ ਦਿੱਤਾ ਹੈ ਅਮਨ ਜੀ ਅੱਖਾਂ ਦੇ ਵਿੱਚ ਅੱਖਾਂ ਭਰੀਆਂ ਹੋਈਆਂ ਕਿਉਂਕਿ ਇੱਕ ਇੱਕ ਚੀਜ਼ ਘਰ ਦੀ ਆਪ ਸਜਾਈ ਸੀ ਹਾਂਜੀ ਉਹ ਤਾਂ ਹੁੰਦਾ ਹੀ ਆ ਸੋਫੇ ਇੰਨੇ ਚਾਅ ਨਾਲ ਲੈ ਕੇ ਆਉਂਦੇ ਸੀਗੇ ਅਤੇ ਪਹਿਲਾਂ ਹਸਬੈਂਡ ਕਹਿੰਦੇ ਨਹੀਂ ਚੇਂਜ ਨਹੀਂ ਕਰਨੇ ਫਿਰ ਤੁਹਾਨੂੰ ਪਤਾ ਹੀ ਆ ਹੁਣ ਬੰਦਾ ਕਿੰਨੇ ਚਾਵਾਂ ਨਾਲ ਚੀਜ਼ਾਂ ਬਣਾਉਂਦਾ ਹੈ ਬੱਚਿਆਂ ਨੁਕਸਾਨ ਨਾ ਹੋ ਜੇ ਬੱਚਿਆਂ ਦਾ ਜਦੋਂ ਅੰਦਰ ਆਉਂਦੇ ਆ ਇੱਕਦਮ ਏਦਾਂ ਮਤਲਬ ਹੋਣ ਲੱਗ ਗਿਆ ਸਾਰਾ ਕੁਛ ਵੀ ਤੁਸੀਂ ਪੁੱਛੋ ਹੀ ਨਾ ਕੀ ਹਾਲ ਹੋ ਗਿਆ ਟੁੱਟ ਗਈ ਹੈਗੀ ਅਸੀਂ ਕਿਹਾ ਚਲੋ ਵੀ ਸੈਕਿੰਡ ਤਾਂ ਨੀ ਟੁੱਟ ਸਕਦੀ ਜਦੋਂ ਸੈਕਿੰਡ ਟੁੱਟ ਕੇ ਕੱਚ ਇੱਧਰ ਨੂੰ ਵੱਜਿਆ ਕਿਉਂਕਿ ਸਾਰੇ ਛੋਟੇ ਬੱਚੇ ਸੀਗੇ ਮੈਂ ਕਿਹਾ ਵੀ ਕਿਸੇ ਦੇ ਵੱਜੇ ਨਾ ਹੁਣ ਹਸਬੈਂਡ ਦੇ ਇੱਥੇ ਕੱਟ ਵੱਜ ਗਿਆ ਹੱਥ ਤੇ ਵੱਜ ਗਿਆ ਇੱਕ ਤਾਂ ਕਰਕੇ ਰੋਣਾ ਸੀ ਸਾਰੇ ਸਟਾਰਟ ਕਰਤਾ ਵੀ ਨਹੀਂ ਦੂਰ ਹੋ ਜਾਓ ਦੂਰ ਉੱਥੇ ਤੱਕ ਜਾ ਰਿਹਾ ਸੀਗਾ ਫਰੰਟ ਡੋਰ ਤੱਕ ਜਾ ਰਿਹਾ ਸੀ ਸਾਰਾ ਤੇ ਇੰਨਾ ਸ਼ੁਕਰ ਹੈ ਵੀ ਕਿਸੇ ਦਾ ਨੁਕਸਾਨ ਨਹੀਂ ਹੋਇਆ ਤੀਜੀ ਵਾਰ ਤੁਸੀਂ ਇਸ ਚੀਜ਼ ਨੂੰ ਡੀਲ ਕਰ ਰਹੇ ਹੋ ਹਾਂਜੀ ਤੀਜੀ ਵਾਰ ਪਹਿਲਾਂ ਅਸੀਂ ਟੈਰਾਡੇਲ 'ਚ ਹੋਇਆ ਸੀ 16 'ਚ ਫਿਰ 2020 'ਚ ਇੱਥੇ ਹੋਇਆ ਉਦੋਂ ਤਾਂ 3 ਸਾਲ ਹੋਏ ਸੀ ਘਰ ਲੈ ਨੂੰ ਹੁਣ ਤੀਜੀ ਵਾਰ ਫਿਰ ਇਹ ਜਾਣੀ ਜ਼ਿਆਦਾ ਹੋਇਆ ਉਦੋਂ ਥੋੜ੍ਹਾ ਜਿਹਾ ਘੱਟ ਸੀਗਾ ਇਹ ਤਾਂ ਮਤਲਬ ਟੋਟਲੀ ਬੇਸਮੈਂਟ 'ਚ ਵੀ ਪਾਣੀ ਚਲਾ ਗਿਆ ਸਾਰਾ ਚਲਾ ਗਿਆ ਇਹ ਕਾਫੀ ਬੇਸ਼ੱਕ ਅਸੀਂ ਕਹਿ ਦਿੰਦੇ ਹਾਂ ਕਿ ਇੰਸ਼ੋਰੈਂਸ ਕੰਪਨੀਆਂ ਭਰ ਦੇਣਗੀਆਂ ਭਰਪਾਈ ਕਰ ਦੇਣਗੀਆਂ ਪਰ ਇੱਕ ਜਿਹੜਾ ਬੱਚਿਆਂ ਨੂੰ ਛੱਡ ਕੇ ਜਾਣਾ ਪੇਰੈਂਟਸ ਨੂੰ ਛੱਡ ਕੇ ਜਾਣਾ ਟੈਨਸ਼ਨ ਤਾਂ ਬਹੁਤ ਹੋ ਜਾਂਦੀ ਹੈ ਕੀ ਕਰੀਏ ਕੀ ਨਾ ਕਰੀਏ ਪਰ ਹੁਣ ਜੋ ਰੱਬ ਨੂੰ ਮਨਜ਼ੂਰ ਹੈ ਨਾ ਉਹਦੇ ਸਾਹਮਣੇ ਤਾਂ ਕੋਈ ਕੁਛ ਕਰ ਨਹੀਂ ਸਕਦਾ ਬਿਲਕੁਲ ਇਲਾਕੇ ਦੇ ਵਿੱਚ ਕੁਦਰਤ ਆਪਦਾ ਹੈ ਕਹਿੰਦੇ ਕੁਦਰਤੀ ਆਪਦਾ ਕਦੇ ਰੋਕੀ ਨਹੀਂ ਜਾ ਸਕਦੀ ਕਦੋਂ ਕਿੱਥੇ ਕਿਸ ਤਰੀਕੇ ਦੇ ਨਾਲ ਆ ਜਾਵੇ ਇਸ ਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਤਾਂ ਤੁਸੀਂ ਦੇਖੋ ਕਿ ਇੱਥੇ ਸਿੰਗਲ ਲੇਅਰ ਡਬਲ ਲੇਅਰ ਕਈ ਕਈ ਥਾਵਾਂ 'ਤੇ ਟ੍ਰਿਪਲ ਲੇਅਰ ਵੀ ਹੁੰਦੀ ਹੈ ਸ਼ੀਸ਼ੇ ਦੀ ਸ਼ੀਸ਼ਾ ਬਹੁਤ ਮੋਟਾ ਹੈ ਜੇ ਤੁਸੀਂ ਦੇਖੋ ਤਾਂ ਉਹ ਸ਼ੀਸ਼ੇ ਨੂੰ ਪਹਿਲਾਂ ਇੱਕ ਲੇਅਰ ਤੋਂ ਉਸ ਤੋਂ ਬਾਅਦ ਦੂਜੀ ਲੇਅਰ ਨੂੰ ਵੀ ਤੋੜ ਕੇ ਜਿਹੜਾ ਗੜੇ ਹੈ ਉਹ ਅੰਦਰ ਆਏ ਅਤੇ ਉਸ ਤੋਂ ਬਾਅਦ ਇਹ ਜਿਹੜਾ ਹਾਲ ਆ ਤੁਸੀਂ ਦੇਖ ਸਕਦੇ ਹੋ ਕਿ ਭਗਵਾਨ ਪਰਿਵਾਰ ਨੇ ਕੌਸ਼ਨ ਦਿੰਦੇ ਹੋਏ ਉਹਨਾਂ ਨੇ ਕੱਚ ਇਕੱਠਾ ਤਾਂ ਕਰ ਦਿੱਤਾ ਹੈ ਪਰ ਤੁਸੀਂ ਦੇਖੋ ਕਿ ਕਿੰਨਾ ਮੋਟਾ ਕੱਚ ਹੈ ਅਤੇ ਤੁਸੀਂ ਇਹਦੇ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਵੱਡੇ ਸਾਈਜ਼ ਦੇ ਗੜੇ ਹੋਣਗੇ ਕਿੰਨੀ ਭਾਰੀ ਇੱਥੇ ਗੜੇਮਾਰੀ ਹੋਈ ਹੋਵੇਗੀ ਕਿ ਜਿੰਨੇ ਕੁਝ ਮਿੰਟਾਂ ਦੇ ਵਿੱਚ ਇੱਥੇ ਇਹ ਤਬਾਹੀ ਦਾ ਮੰਜ਼ਰ ਬਣਾ ਦਿੱਤਾ।
ਨੁਕਸਾਨ ਹੋਇਆ ਜਦੋਂ ਕੇਅਰ ਸਟ੍ਰੋਮ ਆਇਆ ਤਾਂ ਇਸ ਘਰ ਦੇ ਬੱਚੇ ਦੇ ਨਾਲ ਜਿਹੜੇ ਹੋਰ ਆਂਢ ਗੁਆਂਢ ਦੇ ਬੱਚੇ ਸੀ ਉਹ ਵੀ ਇਕੱਠੇ ਸੀ, ਉਹ ਉਹਨਾਂ ਨਾਲ ਗੱਲਬਾਤ ਕਰਕੇ ਦੇਖਦੇ ਹਾਂ ਇਸ ਪਰਿਵਾਰ ਦੀਆਂ ਦੋ ਬੱਚਿਆਂ ਦੇ ਨਾਲ ਉਹਨਾਂ ਦੇ ਫਰੈਂਡ ਨੇ ਕੀ ਹਾਲ ਪੁਨੀਤ ਤੁਸੀਂ ਕਿੱਥੇ ਸੀ? ਮੈਂ ਕੱਲ੍ਹ ਇੱਥੇ ਹੀ ਸੀਗੀ ਨਾਲ ਅਤੇ ਜਦੋਂ ਹੋਇਆ ਸੀਗਾ ਘਰ ਸਾਰੇ ਗਏ ਅਤੇ ਫਿਰ ਬਾਅਦ ਚੋਂ ਹੈਲਪ ਸਾਰਿਆਂ ਨੇ ਕੀਤੀ, ਮੇਰੇ ਫਰੈਂਡਸ ਵੀ ਓਵਰ ਸੀਗੇ ਅਤੇ ਸਾਰਿਆਂ ਨੂੰ ਬਹੁਤ ਡਰ ਲੱਗਿਆ, ਪਰ ਇਹ ਸਾਰੇ ਉੱਪਰ ਚਲੇ ਗਏ ਸੀਗੇ, ਸਾਰੇ ਰੋਂਦੇ ਸੀਗੇ, ਪਰ ਮੈਂ ਆਪਣੀ ਮੰਮੀ ਦੇ ਨਾਲ ਹੈਲਪ ਕੀਤੀ, ਡਰ ਲੱਗਿਆ ਸੀਗਾ ਹਾਂਜੀ, ਪਰ ਇਫ ਆਈ ਫਾਈ ਸ਼ੋ ਦਮ ਦੈਟ ਆਈ ਵਾਸ ਸਕੇਅਰਡ ਦੇ ਗੈਸ ਕਰ ਚੁ ਸੋ ਯੂ ਆਰ ਦ ਐਲਵਨ ਯਾਂ ਦੋਸ ਓਕੇ ਸੋ ਕਹਿੰਦੇ ਕਿ ਮੈਂ ਵੱਡੀ ਹਾਂ ਅਤੇ ਇਸ ਕਰਕੇ ਮੈਂ ਡਰ ਨਹੀਂ ਸਕਦੀ ਸੀ ਕਿਉਂਕਿ ਜੇ ਮੈਂ ਡਰਦੀ ਤਾਂ ਬਾਕੀਆਂ ਨੇ ਵੀ ਡਰ ਜਾਣਾ ਸੀ. ਯੂ ਆਰ ਵਨ ਆਫ ਦ ਆਈ ਵਿਟਨੈਸ ਵਾਟ ਯੂਰ ਨੇਮ ਨੋਆ ਵਾਟ ਵਰ ਯੂ ਡੂਇੰਗ ਨੋਆ ਆਈ ਵਾਸ ਸਿਟਿੰਗ ਡਾਊਨ ਐਂਡ ਆਈ ਗਾਟ ਅ ਵਾਰਨਿੰਗ ਐਂਡ ਆਈ ਟੋਲਡ ਹਰ ਲਾਈਕ ਕੈਪ ਇਟਸ ਨਾਟ ਗੋਨਾ ਹੈਪਨ ਨੋ ਸ਼ੀ ਸ਼ੁਡ ਕੈਪ ਫਾਰ ਦਿਸ ਕੈਪ ਵਾਟ ਯੂ ਐਕਸਪੈਕਟਿੰਗ ਆਲ ਦਿਸ ਨੋ ਆਈ ਡੋਨਟ ਨੋ ਆਈ ਜਸਟ ਟੋਲਡ ਹਰ ਲਾਈਕ ਆਈ ਡੋਨਟ ਥਿੰਕ ਇਟ ਵਾਸ ਐਕਚੁਅਲੀ ਗੋਨਾ ਹੈਪਨ ਬਟ ਲਾਈਕ ਐਵਰੀਥਿੰਗ ਹੈਪਨਡ ਐਂਡ ਵਾਟ ਜਸਟ ਵੈਂਟ ਬੈਕ ਲਾਈਕ ਵੀ ਡਿਡਨਟ ਐਕਸਪੈਕਟ ਦੈਟ ਆਲ. What was your reaction? We were all shocked, we were all backed up, we didn't know what to do. We were all in silence, we all just came in, people were crying, she was crying. Everything's good at your house? Yeah, mine was good, yeah. Just opened the door. Okay. So, bachche kehte ki assi khel rahe si, par koi andaaza nahi si ki is tarike da jehda haal hai, oh ban jayega bas yahan hi. Arvela, you were with them? Yeah. What were you guys doing yesterday? So, we were outside. Warning. And then we go inside, we rush inside, and then... How much time did you get between the warning and the rear wheel actually when you start smashing the windows and everything? 10 minutes. Okay. And then it just started raining, we didn't think much of it because me and my friend were all there. And then we just hear crashing and hitting the ground, and then we see this, and it's like cracking, it started to crack, and then it came this. You were scared? Mm-hmm. You were crying? Why were you crying? I was just afraid. I can see tears in your eyes right now. No. No? You good? Yeah. So what makes you cry? What makes you sad the other day? I don't know. It was just scary because like the sounds of it and then... How was the sound? Just like the fire camera? Yeah. Just... Boom. Yeah. Wait. Yeah. ਅੰਦਰ ਗਏ ਸੀਗੇ, ਫਿਰ ਲਾਈਕ 5-10 ਮਿੰਟ ਬਾਅਦ ਚੋਂ ਫਿਰ ਮੀਂਹ ਪੈਣ ਲੱਗ ਗਿਆ ਹੈਵੀ ਤੇ ਫਿਰ ਆਪਾਂ ਕਿਹਾ ਵੀ ਮੀਂਹ ਹੋਈ ਆਵੇ ਇੱਦਾਂ ਕੁਛ, ਫਿਰ ਹੇਅਰ ਆਉਣ ਲੱਗ ਗਏ ਛੋਟੇ ਪਰ ਫਿਰ ਵੱਡੇ ਹੋਣ ਲੱਗ ਗਏ ਤੇ ਫਿਰ ਆਊਟਰ ਲੇਅਰ ਤੋੜ ਗਿਆ ਸੀਗਾ ਤੇ ਫਿਰ ਬਾਅਦ ਚੋਂ ਅੰਦਰ ਲੇਅਰ ਥੋੜ੍ਹਾ ਜਿਹਾ ਤੋੜਨ ਲੱਗ ਗਿਆ ਤੇ ਫਿਰ ਅੰਦਰ ਲੇਅਰ ਪੂਰਾ ਲਾਈਕ ਟੁੱਟ ਗਿਆ ਸੀਗਾ ਤੇ ਸਾਡੀ ਹੇਅਰ ਵਿੱਚ ਆ ਗਈ ਸੀਗੀ ਤੇ ਆਪਾਂ ਸਾਰੇ ਜਾਣੇ ਕੋਨੇ ਦੇ ਵਿੱਚ ਲੁੱਕੇ ਸੀਗੇ ਤੇ ਫਿਰ ਆਪਾਂ ਹਿੱਟ ਨਹੀਂ ਕਰਨਾ ਹੈ. ਤੁਸੀਂ ਸਾਰੇ ਫਿਰ ਇੱਕ ਹੀ ਘਰ ਦੇ ਵਿੱਚ ਸੀ? ਹਾਂਜੀ. ਓਕੇ. ਡਰ ਲੱਗਾ ਸੀ ਉਦੋਂ? ਹਾਂ, ਪਰ ਮੈਂ ਸ਼ੋਅ ਨਹੀਂ ਕੀਤਾ ਵੀ ਕਦ ਜਿਹੜੇ ਰੋਂਦੇ ਸੀਗੇ ਮੈਂ ਉਹਨਾਂ ਨੂੰ ਲਾਈਕ ਹੱਗ ਕਰਕੇ ਦੱਸ ਦਿੱਤਾ ਵੀ ਕੋਈ ਗੱਲ ਨਹੀਂ, ਠੀਕ ਆ, ਇੱਦਾਂ ਕੁਛ ਨਹੀਂ. ਕਿੰਨਾ ਟਾਈਮ ਇਹ ਸਾਰਾ ਕੁਛ ਚੱਲਦਾ ਰਿਹਾ? ਲਾਈਕ 30 ਮਿੰਟ ਅਰਾਊਂਡ. ਪਹਿਲਾਂ ਵਾਟ ਵਾਸ ਦ ਸਾਈਜ਼ ਆਫ ਫੇਲ? It's like this big, like a baseball size. You grab it in your hands? Yeah, I'm outside and I saw it all, yeah.
Yeah, and the ones that were here, I picked them up and they were like the size of my hand. Was it heavy too? Yeah, it was really heavy. That's why the window broke. Okay, so ye bache kehnde ki ਜਿਹੜਾ ਇੱਕ ਸਾਈਜ਼ ਹੁੰਦਾ ਹੈ ਬੇਸਬਾਲ ਦਾ, ਮਤਲਬ ਬਾਲ ਤੋਂ ਵੀ ਵੱਡਾ ਜਿਹੜਾ ਸਾਈਜ਼ ਹੈ ਉਹ ਉਹਨਾਂ ਖੇਲਦਾ ਸੀ, ਗੜੇਮਾਰੀ ਦਾ ਸੀ, ਜਿਸ ਕਰਕੇ ਜ਼ਾਹਿਰ ਜਿਹੀ ਗੱਲ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿੰਨਾ ਵੱਡਾ ਸਾਈਜ਼ ਸੀ, ਕਿੰਨੀ ਸਟਰੋਂਗ ਵਿੰਡ ਦੇ ਨਾਲ ਨਾਲ ਇਹ ਆਈ ਹੋਵੇਗੀ ਕਿ ਉਹਨੇ ਪੂਰੀ ਤਰ੍ਹਾਂ ਇਸ ਘਰ ਨੂੰ, ਇਸ ਵਾਲ ਨੂੰ, ਇਸ ਲਿਵਿੰਗ ਏਰੀਆ ਨੂੰ ਡੈਮੇਜ ਕਰ ਦਿੱਤਾ।